ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਪਟਿਆਲਾ ਵਿਖੇ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਬਾਰੇ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਐਸਐਸਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁਲਿਸ ਲਾਈਨ ਦੀ ਜੀਓ ਮੈਸ ਤੋਂ ਇੱਕ ਸਾਈਕਲ ਰੈਲੀ ਕੱਢੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਰੈਲੀ 'ਚ 125 ਦੇ ਕਰੀਬ ਪੁਲਿਸ ਅਧਿਕਾਰੀ ਤੇ ਮੁਲਾਜ਼ਮਾਂ ਨੇ ਹਿੱਸਾ ਲਿਆ। ਇਹ ਸਾਈਕਲ ਰੈਲੀ ਪੁਲਿਸ ਲਾਈਨ ਤੋਂ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ, ਖੰਡਾ ਚੌਂਕ, ਰਜਵਾਹਾ ਰੋਡ, ਸਰਕਟ ਹਾਊਸ ਕੋਲ ਚੰਕਰ, ਰੇਲਵੇ ਫਾਟਕ ਨੇੜੇ ਕੈਪੀਟਲ ਸਿਨੇਮਾ ਤੇ ਵੱਖ ਵੱਖ ਥਾਵਾਂ ਤੋਂ ਲੰਘਰੀ ਹੋਈ ਪੁਲਿਸ ਲਾਈਨ ਦੀ ਜੀਓ ਮੈਸ ਵਿਖੇ ਆ ਕੇ ਸਮਾਪਤ ਹੋਈ। ਅੱਜ ਵਰਲਡ ਸਾਈਕਲਿੰਗ ਡੇ ਤੇ ਮਿਸ਼ਨ ਫਤਿਹ ਦੇ ਤਹਿਤ ਜੋ ਅੱਜ ਅਸੀਂ ਜਿਹੜੀ ਵਾਰ ਅਗੇਂਸਟ ਕਰੋਨਾ ਇਹਦੇ 'ਚ ਅੱਜ ਅਸੀਂ ਪਟਿਆਲਾ ਪੁਲਿਸ ਵੱਲੋਂ ਇੱਕ ਅਵੇਅਰਨੈਸ ਜਿਹੜੀ ਹੈ ਸਾਈਕਲ ਰੈਲੀ ਕਰ ਰਹੇ ਹਾਂ। ਇਹ ਅਵੇਅਰਨੈਸ ਰੈਲੀ ਦਾ ਮੁੱਖ ਮਕਸਦ ਜਿਹੜਾ ਇਹ ਹੈ ਜਿਹੜੀ ਕਰੋਨਾ ਦੀ ਜਿਹੜੀ ਜੰਗ ਹੈ ਇਹ ਸਾਡੀ ਸਾਰਿਆਂ ਦੀ ਸਾਂਝੀ ਜੰਗ ਹੈ ਅਤੇ ਜਿਵੇਂ ਸੀਐਮ ਪੰਜਾਬ ਵੱਲੋਂ ਇਹ ਕਿਹਾ ਗਿਆ ਕਿ ਇਹ ਮਿਸ਼ਨ ਹੈ ਇਹਨੂੰ ਅਸੀਂ ਫਤਿਹ ਕਰਾਂਗੇ ਅਤੇ ਅੱਜ ਅਸੀਂ ਇਸੇ ਕੰਪੇਨ ਦੇ ਤਹਿਤ ਤੰਦਰੁਸਤ ਲਾਈਫ ਇਹਦੇ 'ਚ ਹੈ ਵੀ ਸਟੈਮਿਨਾ ਵੀ ਪ੍ਰਮੋਟ ਹੁੰਦਾ। ਦੂਜੇ ਪਾਸੇ ਛੋਟੇ ਛੋਟੇ ਪਲਾਕਾਰਡਸ ਲਾਏ ਹੋਏ ਆ ਸਾਈਕਲ ਦੇ ਉੱਤੇ, ਸੋਸ਼ਲ ਡਿਸਟੈਂਸ ਵਾਲਾ ਵੀਅਰ ਮਾਸਕ ਇਹੋ ਜਿਹੇ। ਇਹਦਾ ਮਕਸਦ ਇਹ ਹੈ ਵੀ ਪਟਿਆਲਾ ਪੁਲਿਸ ਵੱਲੋਂ ਵੀ ਲੋਕਾਂ ਨੂੰ ਅਵੇਅਰ ਕਰਨਾ, ਮਾਸਕ ਪਾਓ, ਆਮ ਜਗ੍ਹਾ 'ਚ ਥੁੱਕੋ ਨਾ, ਆਪਦਾ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਇੱਕ ਦੂਜੇ ਨੂੰ ਸਹਿਯੋਗ ਦਿਓ, ਸਾਰੇ ਕਰੋਨਾ ਵਾਰੀਅਰਸ ਨੂੰ ਸਹਿਯੋਗ ਦਿਓ। ਇਸ ਕਰਕੇ ਇਸੇ ਅੱਜ ਇਹਦੀ ਇੰਪੋਰਟੈਂਸ ਤਾਂ ਸੀ, ਅਸੀਂ ਸਾਈਕਲ ਪਟਿਆਲਾ ਪੁਲਿਸ ਨੇ ਤਾਂ ਜਿਹੜਾ ਚੂਜ਼ ਕੀਤਾ ਅੱਜ ਦੇ ਦਿਨ, ਕਿਉਂਕਿ ਵਰਲਡ ਸਾਈਕਲਿੰਗ ਡੇ ਵੀ ਹੈ ਨਾਲ। ਵਰਲਡ ਸਾਈਕਲਿੰਗ ਡੇ 'ਤੇ ਮਿਸ਼ਨ ਫਤਿਹ ਦੇ ਤਹਿਤ ਅਸੀਂ ਸਾਰੇ ਪਟਿਆਲਾ ਵਾਸੀਆਂ ਨੂੰ ਇੱਕ ਵਾਰੀ ਦੁਬਾਰਾ ਫਿਰ ਅਵੇਅਰ ਕਰਨਾ ਚਾਹੁੰਦੇ ਹਾਂ। ਅਸੀਂ ਤੁਹਾਡੇ ਨਾਲ ਹੈ, ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਤੁਹਾਡੇ ਵਿੱਚ ਹਾਜ਼ਰ ਹਾਂ ਅਤੇ ਆਪਾਂ ਰਲ ਕੇ ਇਹ ਜੰਗ ਨੂੰ ਜਿੱਤ ਸਕਾਂਗੇ। ਇਹ ਕੋਈ ਮੇਰੀ ਇਕੱਲੇ ਦੀ ਜਾਂ ਤੁਹਾਡੀ ਇਕੱਲਿਆਂ ਦੀ ਜੰਗ ਨਹੀਂ, ਜਿੰਨਾ ਚਿਕਰ ਇਸ ਜੰਗ ਨੂੰ ਅਸੀਂ ਆਪਣੀ ਸਾਰਿਆਂ ਦੀ ਜੰਗ ਨਹੀਂ ਬਣਾਵਾਂਗੇ ਉਹਨਾਂ ਚਿਕਰ ਇਹ ਮਿਸ਼ਨ ਫਤਿਹ ਨਹੀਂ ਹੋ ਸਕਦਾ। ਅਤੇ ਪੰਜਾਬੀ ਬੜੇ ਬਹਾਦਰ ਹੈ, ਅਸੀਂ ਸਾਰੇ ਰਲ ਕੇ ਇਸ ਕਰੋਨਾ ਦੀ ਮਹਾਂਮਾਰੀ 'ਤੇ ਕਾਬੂ ਪਾਲਾਂਗੇ, ਉਹਦੇ 'ਚ ਜਿਹੜੀਆਂ ਹਦਾਇਤਾਂ ਦੀਆਂ ਪਾਲਣਾ ਕਰਾਂਗੇ ਤਾਂ ਹੀ ਇਹਦੇ 'ਤੇ ਮਿਸ਼ਨ ਫਤਿਹ ਹੋਊਗਾ। ਪਟਿਆਲਾ ਤੋਂ ਕਮਲਜੀਤ ਕੰਬੋਜ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ।